थाना गुराया अधीन पेंदे पिंड रुड़का कलां ते आस पास के पिंड चोरी ते लुट खोह दीआं वारदातां लगातार वापर रहीआं ने, जिस कारण इलाके विच डर ते सहम दा माहौल बनिया होया। हालात अजिहे ने कि लोग अपने घरां गली मुहल्लिआं विच वी असुरक्षित महसूस कर रहे हैं। ताज़ी घटना रुड़का कलां दी पत्ती बूला की मुहल्ला सरां दी है, जिथे बजुर्ग औरत दे नाल लुट खोह की घटना वापरी है। पिंड दे विचकार लुटेरे 10,000 रुपए की नकदी खोह के फरार हो गए। बजुर्ग माता दे दसण मुताबक बैंक तो रुपए कढ़वा के वापस अपने घर आ रहे सन कि काला महर जी दे स्थान कोल दो स्कूटी सवार नौजवान उन्हां दे कोल दी लंघ रहे सन अते एक नौजवान पैदल ही उन्हां दे पिछे भी आया ते उन्हां कोलों रुपए वाला लिफाफा खोह के फरार हो गया। इस लिफाफे विच उन्हां दी बैंक वाली कॉपी भी मौजूद सी अते इस लुटखो की घटना संबंधी बजुर्ग महिला वालों पुलिस नूं सूचित कर दिता गया। पिंड वासियां ने दसण मुताबक वारदात तो पहला ये नौजवान बाजार विच भी फिरदे रहे अते इन्हां दे नाल एक बुलेट मोटरसाइकिल भी सी। पिंड दे बिल्कुल विचकार वापरी इस लुट खोह की घटना कारण पिंड वासियों में काफ़ी रोस पाया जा रहा है। साबका सरपंच गुरविंदर सिंह ते लेख राम लवली साबका पंच ने कहा है कि उन्होंने पिंड विच हालात बहुत खराब ने, लुट्टां खोहां के कारण लोगों का घरों विचों निकलना मुहाल होया पिया। पिंड दीआं गलियां विच बच्चे बच्चियां ते बजुर्ग औरतां असुरक्षित महसूस करन लगे ने। लोग हुण इस इंतजार विच ने कि घरां तीकर जा के लुट्टां खोहां नूं अंजाम देण वाले इन्हां लुटेरियां नूं पुलिस प्रशासन वल्लों कदों अते किवें काबू कीता जांदा है। ਤੁਹਾਡਾ ਜੀ ਮੇਰਾ ਬਿੰਦੂ ਕੀ ਗੱਲ ਕੀ ਹੋਈ ਸੀਗੀ ਜੀ? ਗੱਲ ਕੋਈ ਨਹੀਂ ਹੋਈ, ਮਗਰ ਅਸੀਂ ਆਏ ਆ। ਹਾਂਜੀ। ਤੇ ਮੇਰੇ ਤੋਂ ਲਫਾਫਾ ਖੋਹ ਕੇ ਤਾਂ ਸਕੂਟਰ ਵੀ ਤੇ ਬਹਿ ਗਏ। ਤੁਸੀਂ ਬੈਂਕ ਤੋਂ ਆ ਰਹੇ ਸੀਗੇ? ਹਾਂ, ਮੈਂ ਬੈਂਕ ਚੋਂ ਆਈ ਸੀ। ਕਿੰਨੇ ਪੈਸੇ ਕਢਾ ਕੇ ਲਏ ਸੀ? 10,000। ਤੇ ਕਿੰਨੇ ਸੀਗੇ ਮੁੰਡੇ ਜਿਹੜੇ ਤੁਹਾਡੇ ਪੈਸੇ ਖੋਹ ਕੇ ਲੈ ਗਏ? ਮੁੰਡੇ ਦੋ ਜਣੇ ਸੀ। ਤੇ ਸਕੂਟਰੀ ਤੇ ਸੀ, ਮੋਟਰਸਾਈਕਲ ਤੇ? ਇੱਕ ਸਕੂਟਰੀ ਵੀ ਤੇ ਸੀਗਾ, ਉਹਨੇ ਸਟਾਰਟ ਕਰ ਲਈ ਮੋੜ ਕੇ ਤੇ ਇਹਨੇ ਪੈਸੇ ਖੋਹ ਕੇ ਦਬਦਬ ਉੱਤੇ ਬਹਿ ਗਿਆ ਤੇ ਮੈਂ ਰੌਲੀ ਪਾਉਂਦੀ ਰਹਿ ਕੇ ਉੱਥੇ ਕੋਈ ਹੈ ਨਾ ਸੀ। ਮੋਟਰਸਾਈਕਲ ਤੇ ਸਕੂਟਰੀ ਤੇ ਬਾਤ ਕੀਤੀ ਸੀ? ਸਕੂਟਰੀ ਤੁਸੀਂ ਪਛਾਣ ਸਕਦੇ ਬੰਦੇ ਪਿੰਡ ਦੇ ਸੀ? ਮੁੰਡੇ ਦੇ ਮੂੰਹ ਤਾਂ ਦੇਖਿਆ ਹੀ ਨਹੀਂ ਮੈਂ। ਅੱਛਾ ਜੀ, ਝੱਗੇ ਦੀ ਪਛਾਣ ਆ। ਠੀਕ ਆ। ਕੀ ਮੰਗ ਕੀ ਕਰਦੇ ਤੁਸੀਂ ਹੁਣ? ਹੈ ਕੀ ਮੰਗ ਕੀ ਕਰਦੇ ਆ? ਹਾਂਜੀ ਰਸਾ ਜੀ, ਅੱਜ ਪਿੰਡ ਰੁੜਕਾ ਕਲਾਂ ਵਿਖੇ ਥਾਣਾ ਗਏ ਆ। ਤਕਰੀਬਨ 12:30 ਵਜੇ ਦੇ ਨਜ਼ਦੀਕ ਸਾਡੀ ਚਾਚੀ ਮਹਿੰਦਰ ਕੌਰ ਮਿੰਦੋ ਵਾਈਫ ਆਫ ਰੌਣਕੀ ਰਾਮ ਬੈਂਕ ਤੋਂ ਪੈਸੇ ਕਢਾ ਕੇ ਲੈ ਕੇ ਆਏ ਸੀ, ਜੋ ਕਿ ਤਕਰੀਬਨ 10,000 ਸੀਗੇ। ਰਸਤੇ ਦੇ ਵਿੱਚ ਕਾਲਾ ਮਹਿਲ ਦੇ ਨਜ਼ਦੀਕ ਆ ਕੇ 4-5 ਮੁੰਡੇ ਜਿਹੜੇ ਉਹਦੇ ਬੈਕ ਸਾਈਡ 'ਤੇ ਆ ਰਹੇ ਸੀ, ਬੁਲਟ ਮੋਟਰਸਾਈਕਲ ਪਲਟੀਨਾ ਅਤੇ ਇੱਕ ਜੁਪੀਟਰ ਵਾਈਟ ਰੰਗ ਦੀ ਸਕੂਟਰੀ 'ਤੇ ਆ ਕੇ ਉਹਨਾਂ ਨੇ ਮਗਰੋਂ ਆ ਕੇ ਲਿਫਾਫਾ ਜਿਹੜਾ ਜਿਹਦੇ ਵਿੱਚ ਪੈਸੇ ਸੀ ਅਤੇ ਬੈਂਕ ਦੀ ਪਾਸਬੁੱਕ ਖੋਹ ਕੇ ਲੈ ਗਏ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕੈਮਰਿਆਂ ਦੇ ਵਿੱਚ ਉਹਨਾਂ ਦੀਆਂ ਆ ਗਈਆਂ ਤਸਵੀਰਾਂ ਅਤੇ ਉਹਨਾਂ ਨੂੰ ਟਰੇਸ ਕਰਕੇ ਜਲਦੀ ਤੋਂ ਜਲਦੀ ਇਹ ਸਾਡੀ ਚਾਚੀ ਮਹਿੰਦਰ ਕੌਰ ਨੂੰ ਪੈਸੇ ਜਿਹੜੇ ਵਾਪਸ ਦਵਾਏ ਜਾਣ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਲੁੱਟ ਖੋਹ ਦੀਆਂ ਵਾਰਦਾਤਾਂ ਡਾਕਟਰ ਸਾਹਿਬ ਆਪਣੇ ਪਹਿਲਾਂ ਤਾਂ ਪਿੰਡ ਦੇ ਬਾਹਰ ਬਾਹਰ ਹੁੰਦੀਆਂ ਸੀ, ਪਰ ਹੁਣ ਤਾਂ ਪਿੰਡ ਦੇ ਵਿੱਚ ਐਨ ਗੱਭੇ ਆ ਕੇ ਹੋਣ ਲੱਗ ਪਏ, ਇਹਨੂੰ ਕਿੱਦਾਂ ਦੇਖਦੇ ਹਾਂ ਆਪਾਂ? ਇਹਦੀ ਸਾਡੀ ਵੱਧ ਕਸਤੀ ਆ ਜਿਹੜੀ, ਇਹ ਹੁਣ ਅੱਗੇ ਤਾਂ ਬਾਹਰੋਂ ਬਾਹਰੋਂ ਲੁੱਟ ਖੋਹ ਕਰਕੇ ਜਾਂਦੇ ਸੀ, ਹੁਣ ਪਿੰਡ ਦੇ ਵਿੱਚ ਆ ਕੇ ਵੀ ਉਹਨਾਂ ਦੇ ਇੰਨੇ ਦਲੇਰ ਬਣ ਗਏ ਆ ਲੁਟੇਰੇ ਜਿਹੜੇ ਆ, ਖਾਸ ਤੌਰ 'ਤੇ ਨਸ਼ੇੜੀ ਜਿਹੜੇ ਬੰਦੇ ਆ ਇਹ ਉਹੀ ਕੰਮ ਕਰਦੇ ਆ, ਨਸ਼ੇ ਦੇ ਲਈ ਲੁੱਟ ਖੋਹ ਕਰਦੇ ਆ ਅਤੇ ਜਿੱਥੇ ਇਹਨਾਂ ਨੂੰ ਲੁੱਟਾਂ ਹੋਣ 'ਤੇ ਕਾਬੂ ਪਾਇਆ ਜਾਵੇ ਉੱਥੇ ਨਾਲ ਹੀ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਪੀਣ ਵਾਲਿਆਂ ਨੂੰ ਫੜ ਕੇ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਜਿਹੜੇ ਵੇਚਦੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ। ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ।